ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੁਝ ਜਿਹੜੇ ਰਿਜ਼ਰਵਸ ਨੇ ਅਪਡੇਟ ਕੀਤੇ ਗਏ ਹਨ ਇਸ ਦੇ ਨਾਲ ਨਾਲ ਯੂਨੀਵਰਸਿਟੀ ਨੇ ਪੋਰਟਲ ਦੇ ਉੱਪਰ ਇੱਕ ਇੰਪੋਰਟੈਂਟ ਨੋਟਿਸ ਵੀ ਅਪਲੋਡ ਕੀਤਾ ਹੈ ਵੀਡੀਓ ਨੂੰ ਸਟਾਰਟ ਕਰਨ ਜਾ ਰਹੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੰਦੂਸੀ ਨਾ ਕਰੋ ਕਿਉਂਕਿ ਤੁਹਾਡਾ ਕੀਤਾ ਗਿਆ ਲਾਈਕ ਅਤੇ ਕਮੈਂਟ ਸਾਨੂੰ ਹੋਰ ਅਪਡੇਟਡ ਵੀਡੀਓ ਬਣਾਉਣ ਦੇ ਲਈ ਮੋਟੀਵੇਟ ਕਰਦਾ ਹੈ ਸੋ ਸਮਾਂ ਨਾ ਖਰਾਬ ਕਰਦੇ ਵੀਡੀਓ ਨੂੰ ਸਟਾਰਟ ਕਰਨ ਜਾ ਰਹੇ ਹਾਂ ਸੋ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਪਹਿਲਾ ਦੂਜਾ ਲੈਟਰ ਜਿਹੜਾ ਹੈ ਯੂਨੀਵਰਸਿਟੀ ਨੇ ਜਾਰੀ ਕੀਤਾ ਹੈ ਜਿਕਰ ਇਹ ਦੋ ਲੈਟਰਸ ਦੇ ਵਿੱਚ ਯੂਨੀਵਰਸਿਟੀ ਨੇ ਲਿਖਿਆ ਕਿ ਇਹ ਸਭ ਤੋਂ ਪਹਿਲਾ ਜਿਹੜਾ ਲੈਟਰ ਹੈ ਤਾਂ ਮਾਸਟਰ ਲੈਵਲ ਦੇ ਰਿਜ਼ਰਟਸ ਅਪਡੇਟ ਤੇ ਲਈ ਹੈ ਤਾਂ ਤੁਹਾਨੂੰ ਮੈਂ ਦਿਖਾ ਦੇਣਾ ਹਾਂ ਪੀ ਪਟਿਆਲਾ ਦੇ ਕੰਟਰੋਲਰ ਪ੍ਰੀਖਿਆਵਾਂ ਦਫ਼ਤਰ ਵੱਲੋਂ ਜਿਨੇ ਵੀ ਮੁਖੀ ਸਹਿਬਾਨ ਨੇ ਉਹਨਾਂ ਨੂੰ ਜਾਰੀ ਕੀਤਾ ਗਿਆ ਹੈ। ਅੰਡਰ ਗ੍ਰੈਜੂਏਟ ਕੋਰਸੇਸ ਦੇ ਜਿਹੜੇ ਰਿਜ਼ਲਟਸ ਨੇ ਉਹ ਅਪਡੇਟ ਹੋਣੇ ਸ਼ੁਰੂ ਹੋ ਗਏ ਹਨ। ਸੋ ਪੋਸਟ ਗ੍ਰੈਜੂਏਟ ਕੋਰਸੇਸ ਉਹਨਾਂ ਦੇ ਆਖਰੀ ਸੈਮੈਸਟਰਾਂ ਦੇ ਪੇਪਰ ਜਿਹੜੇ ਪੇਪਰ ਉਹਨਾਂ ਦੇ ਜਿਹੜੇ ਮਾਰਕਸ ਨੇ ਅਪਲੋਡ ਕਰਨ ਵਿਚ ਦੇਰੀ ਹੋ ਰਹੀ ਹੈ ਸੋ ਜਿਹੜੇ ਮਾਰਕਸ ਪੋਰਟਲ ਤੇ ਅਪਲੋਡ ਕਰਨੇ ਹਨ ਉਹ ਹਰ ਹਾਲਤ ਵਿੱਚ 12 9 2022 ਤੱਕ ਕਰ ਦਿੱਤੇ ਜਾਣਗੇ ਸੋ ਜਿੰਨੇ ਵੀ ਵਿਦਿਆਰਥੀ ਬੀਏ ਐਡ ਜਾਂ ਐਮਏ ਦੇ ਰਿਜ਼ਲਟਸ ਦੀ ਵੇਟ ਕਰ ਰਹੇ ਹਨ ਤਾਂ ਮੋਸਟ ਪ੍ਰੋਬਬਲੀ ਤੁਹਾਡੇ ਜਿਹੜੇ ਨੇ 12 ਤੋਂ ਬਾਅਦ ਯਾਨੀ ਕਿ 17 18 ਤਰੀਕ ਤੱਕ ਜਿਹੜੇ ਨੇ ਰਿਜ਼ਲਟਸ ਅਪਡੇਟ ਆਉਣੇ ਸ਼ੁਰੂ ਹੋ ਜਾਣਗੇ ਪੋਸਟ ਗ੍ਰੈਜੂਏਸ਼ਨ ਕੋਰਸਸ ਦੇ ਵਿੱਚ ਹੁਣ ਨੈਕਸਟ ਜਿਹੜਾ ਲੈਟਰ ਆਉਦੇ ਬਾਰੇ ਗੱਲ ਕਰਨੀ ਹੈ ਜਿਹੜਾ ਕਿ ਵਿਦਿਆਰਥੀਆਂ ਦੇ ਲਈ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਲੈਟਰ ਜਿਹੜਾ ਜਾਰੀ ਕੀਤਾ ਹੈ ਜਿੰਨੀਆਂ ਵੀ ਪ੍ਰੀਖਿਆਵਾਂ ਹੁਣ ਦਸੰਬਰ 2022 ਦੇ ਵਿੱਚ ਹੋਣੀਆਂ ਹਨ ਉਹ ਸਾਰੇ ਕੋਰਸੇਸ ਦੇ ਐਗਜ਼ਾਮੀਨੇਸ਼ਨ ਫਾਰਮ ਦੇ ਰਿਗਾਰਡਿੰਗ ਹੈ ਸੋ ਆਪਾਂ ਲੈਟਰ ਨੂੰ ਪ੍ਰੋਪਰਲੀ ਦੇਖ ਲੈਣੇ ਆ ਤਾਂ ਇਸ ਦੇ ਵਿੱਚ ਉਹਨਾਂ ਨੇ ਇੱਕ ਸ਼ਡਿਊਲ ਜਾਰੀ ਕੀਤਾ ਹੈ ਸ਼ਡਿਊਲ ਦੇ ਵਿੱਚ ਕੀ ਲਿਖਿਆ ਹੈ ਤੁਸੀਂ 15 ਤੋਂ ਲੈ ਕੇ 7 10 ਤੱਕ ਬਿਨਾਂ ਲੇਟ ਫੀਸ ਆਪਣੇ ਐਗਜ਼ਾਮੀਨੇਸ਼ਨ ਫਾਰਮ ਤੇ ਉਹਨਾਂ ਦੀ ਫੀਸ ਭਰ ਸਕਦੇ ਹੋ ਇਹ ਜਿਹੜੀ ਫੀਸ ਹੈ ਦਸੰਬਰ 2022 एग्जामिनेशन ਦੇ ਲਈ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਵਕ ਵਕ ਡੇਟਸ ਦੇ ਉਸ ਤੋਂ ਬਾਅਦ ਤੁਹਾਡੇ ਕੋਲ ਵਕ ਵਕ ਕੋਰਸਸ ਦੇ ਉਸ ਤੋਂ ਬਾਅਦ ਵਕ ਵਕ ਡੇਟਸ ਦੇ ਅਕੋਰਡਿੰਗਲੀ ਤੁਹਾਡੀ ਜਿਹੜੀ ਲੇਟ ਫੀਸ ਲੱਗੇਗੀ ਜਿਵੇਂ ਕਿ 10 ਤਰੀਕ ਤੱਕ 1000 ਰੁਪਏ ਹੈ 22 ਤਰੀਕ ਤੱਕ 2500 ਰੁਪਏ ਹੈ 29 ਤਰੀਕ ਤੱਕ 5000 ਹੈ 31 ਤਰੀਕ ਤੱਕ ਤੁਹਾਡੇ ਕੋਲ 20000 ਰੁਪਏ ਹੈ ਤਾਂ ਇਨਾਂ ਨੇ ਸਾਫ਼-ਸਾਫ਼ ਲਿਖਿਆ ਕਿ 7-11 ਤੋਂ ਬਾਅਦ ਕੋਈ ਵੀ ਫਾਰਮ ਸਵੀਕਾਰ ਨਹੀਂ ਹੋਏਗਾ। ਪਰ ਇਨਾਂ ਨੇ ਸਾਫ਼-ਸਾਫ਼ ਲਿਖਿਆ ਕਿ 10 ਦਿਨਾਂ ਦੇ ਵਿੱਚ ਵਿੱਚ ਪ੍ਰੀਖਿਆ ਫਾਰਮ ਜਿਹੜਾ ਬਿਨਾਂ ਲੇਟ ਫੀਸ ਕਿਤੇ ਜਮ੍ਹਾਂ ਕਰਾ ਸਕਦੇ ਹੋ। ਉਸ ਤੋਂ ਬਾਅਦ ਪ੍ਰੀਪਰ ਸਟਾਰਟ ਹੋਣ ਤੋਂ 2 ਦਿਨ ਪਹਿਲਾਂ ਤੱਕ ਯੂਨੀਵਰਸਿਟੀ ਨਿਯਮਾਂ ਅਨੁਸਾਰ ਤੁਸੀਂ ਐਗਜ਼ਾਮੀਨੇਸ਼ਨ ਫਾਰਮ ਦੇ ਵਿੱਚ ਕਰੈਕਸ਼ਨ ਕਰਾ ਸਕਦੇ ਹੋ। ਪਰ ਇਹਦਾ ਮਤਲਬ ਕੀ ਹੈ? ਕਈ ਵਾਰ ਵਿਦਿਆਰਥੀਆਂ ਦਾ ਮੀਡੀਅਮ ਦੀ ਪ੍ਰੋਬਲਮ ਆ ਜਾਂਦੀ ਹੈ, ਕਿਸੇ ਡਿਟੇਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਤਾਂ ਵਿਦਿਆਰਥੀ ਨੋਟ ਕਰ ਲੈਣ ਕਿ ਐਗਜ਼ਾਮੀਨੇਸ਼ਨ ਫਾਰਮ ਜਿਹੜਾ ਹੁਣ ਭਰਿਆ ਜਾ ਰਿਹਾ ਹੈ ਔਰ ਉਹਦੀ ਜਿਹੜੀ ਡੇਟ ਹੈ 15 9 ਤੋਂ ਲੈ ਕੇ 7 10 ਤੱਕ ਬਿਨਾਂ ਲੇਟ ਫੀਸ ਹੈ ਤਾਂ ਤੁਸੀਂ ਇਸ ਦੇ ਵਿੱਚ ਦਸੰਬਰ 2022 ਵਾਲੇ ਇਗਜ਼ਾਮ ਦੇ ਐਗਜ਼ਾਮੀਨੇਸ਼ਨ ਫਾਰਮ ਔਰ ਫੀਸ ਜਿਹੜੀ ਹੈ ਭਰਨੀ ਹੈ ਸੋ ਅੱਜ ਦੀ ਅਪਡੇਟ ਦੇ ਵਿੱਚ ਐਨਾ ਹੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ